ਇਨ ਪਾਸ ਵਿੱਚ ਸਟੂਡੈਂਟ ਨੇ ਮੈਨੂੰ ਪੁੱਛਿਆ ਸਰ ਕਿੰਨੀਆਂ ਕੁ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਲੱਗ ਰਿਹਾ ਸਰ ਉਹਨੂੰ ਮੈਂ ਦੱਸਿਆ ਕਿ ਹਾਂ ਬੇਟਾ 7 ਰਿਫਿਊਜ਼ਲ ਤੋਂ ਬਾਅਦ ਤਾਂ ਮੈਂ ਆਪ ਸਟੂਡੈਂਟ ਦਾ ਵੀਜ਼ਾ ਲਿਆ। ਕਈ ਵਾਰੀ ਵਿਦਿਆਰਥੀਆਂ ਨੂੰ ਮੈਂ ਦੇਖਦਾ, ਕਈ ਵਾਰੀ ਵਿਦਿਆਰਥੀਆਂ ਨੂੰ ਲੱਗਦਾ ਸਾਡੇ 6 ਮਹੀਨੇ ਖਰਾਬ ਹੋ ਗਏ ਜੀ, 1 ਸਾਲ ਖਰਾਬ ਹੋ ਗਏ। ਜ਼ਿੰਦਗੀ 'ਚ ਕੋਈ ਵੀ ਦਿਨ ਖਰਾਬ ਨਹੀਂ ਹੁੰਦਾ, ਤੁਸੀਂ ਉਸ ਦਿਨ ਨੂੰ ਕਿਸੇ ਨਾ ਕਿਸੇ ਰੂਪ 'ਚ ਵਰਤੋ। ਸੋ ਮਤਲਬ ਇਹ ਨਹੀਂ ਕਿ ਜੇ ਤੁਹਾਡੇ ਕੋਲ ਇੱਕ ਵਾਰੀ ਗਲਤੀ ਹੋ ਗਈ, ਇੱਕ ਵਾਰੀ ਫਾਈਲ ਜਸਟੀਫਿਕੇਸ਼ਨ ਹੋ ਗਈ, ਮਤਲਬ ਸਟੂਡੈਂਟ ਕਦੇ ਵੀ ਰਿਫਿਊਜ਼ਲ ਫੁੱਲ ਸਟਾਪ ਨਹੀਂ ਹੁੰਦੀ। ਡੈਫੀਨੇਟਲੀ ਤੁਸੀਂ ਉੱਥੇ ਵਰਕਆਊਟ ਕਰਕੇ ਅਤੇ ਸਟੂਡੈਂਟ ਦਾ ਤੁਸੀਂ ਵੀਜ਼ਾ ਡੈਫੀਨੇਟਲੀ ਤੁਸੀਂ ਅਪਰੂਵ ਕਰਾ ਸਕਦੇ ਆ। ਰਿਫਿਊਜ਼ਲ ਐਂਡ ਨਹੀਂ ਹੈ, ਅੰਤ ਨਹੀਂ ਹੈ, ਰੀਪਲਾਈ ਕਰੋ। ਰਿਫਿਊਜ਼ਲ ਹੈ ਰੀਪਲਾਈ ਕਰੋ, ਪਰ ਸੋਚ ਸਮਝ ਕੇ। SOP ਦੀ ਇੰਪੋਰਟੈਂਸ ਕੀ ਹੈ, ਕੰਸਲਟੈਂਟ ਦੀ ਇੰਪੋਰਟੈਂਸ ਕੀ ਹੈ। ਬਹੁਤ ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਸੁਰਿੰਦਰ ਡੱਲਾ। ਅੱਜ ਬਹੁਤ ਹੀ ਇੱਕ ਖਾਸ ਪ੍ਰੋਗਰਾਮ ਕਰਾਂਗੇ। ਤੀਰਥ ਸਿੰਘ ਜੀ ਪਿਨੈਕਲ ਤੋਂ ਮੇਰੇ ਨਾਲ ਮੌਜੂਦ ਨੇ ਔਰ ਉਹ ਸਾਰੇ ਵਿਦਿਆਰਥੀ ਬਹੁਤ ਧਿਆਨ ਦੇ ਨਾਲ ਇਸ ਪ੍ਰੋਗਰਾਮ ਨੂੰ ਸੁਣਨ ਜਿਨ੍ਹਾਂ ਦੀਆਂ ਰਿਫਿਊਜ਼ਲ ਨੇ, ਕਿਸੇ ਦੀ 1 ਹੈ, ਕਿਸੇ ਦੀ 2 ਹੈ, ਕਿਸੇ ਦੀਆਂ 3 ਨੇ, ਭਾਵ ਜਿਨ੍ਹਾਂ ਦੀਆਂ ਮਲਟੀਪਲ ਰਿਫਿਊਜ਼ਲਸ ਨੇ, ਕਿਉਂਕਿ ਇਹ ਜਾਣਕਾਰੀ ਇਹੋ ਜਿਹੀ ਹੈ ਕਿ ਪੈਰਾਂ ਥੱਲਿਓਂ ਜ਼ਮੀਨ ਨਿਕਲ ਸਕਦੀ ਹੈ ਖੁਸ਼ੀ ਨਾਲ, ਦੁੱਖ ਵਾਲੀ ਗੱਲ ਕੋਈ ਨਹੀਂ। ਤੀਰਥ ਸਿੰਘ ਜੀ ਨੇ ਬਹੁਤ ਮਿਹਨਤ ਕੀਤੀ ਇੱਕ ਕੇਸ 'ਤੇ, ਤੀਰਥ ਸਿੰਘ ਜੀ ਨੇ ਚੈਲੰਜ ਦੇ ਤੌਰ 'ਤੇ ਇੱਕ ਕੇਸ ਲਿਆ ਅਤੇ ਉਹ ਚੈਲੰਜ ਇਹਨਾਂ ਨੇ ਜਿੱਤ ਲਿਆ। ਕੈਨੇਡਾ ਦਾ ਵੀਜ਼ਾ 4-5 ਦਿਨ 'ਚ ਆਉਣਾ, ਅੱਜ ਦੇ ਸਮੇਂ ਜਦੋਂ ਸਾਡੇ ਬੱਚੇ ਕੋਈ 1 ਸਾਲ, ਕੋਈ 1.5 ਸਾਲ, ਕੋਈ 2 ਸਾਲ ਵੀ ਕੈਨੇਡਾ ਦੇ ਵੱਖ ਵੱਖ ਪ੍ਰੋਵਿੰਸ ਦੇ ਵਿੱਚ ਇੰਤਜ਼ਾਰ 'ਚ ਬੈਠੇ ਨੇ, 4-5 ਦਿਨ 'ਚ ਵੀਜ਼ਾ ਲੈ ਲੈਣਾ ਕਿਵੇਂ ਸੰਭਵ ਹੈ? ਮੈਂ ਬੜਾ ਹੈਰਾਨ ਹੋਇਆ ਜਦੋਂ ਮੈਂ ਤੀਰਥ ਜੀ ਨੂੰ ਪੁੱਛਿਆ। ਫਿਰ ਮੈਨੂੰ ਤੀਰਥ ਜੀ ਨੇ ਸਾਰੀ ਕਹਾਣੀ ਸੁਣਾਈ। ਬੜੀ ਦਿਲਚਸਪ ਔਰ ਬੜੀ ਮੋਟੀਵੇਸ਼ਨਲ ਸਟੋਰੀ ਹੈ, ਮੋਟੀਵੇਸ਼ਨਲ ਸਟੋਰੀ ਹੈ ਬੜੀ। ਇਹਦੇ ਤੋਂ ਪ੍ਰੇਰਨਾ ਲੈਣੀ ਹੈ ਕਿ ਅਸੀਂ ਕਿਵੇਂ ਫੈਸਲੇ ਸਹੀ ਕਰਨੇ ਨੇ। ਨਵੇਂ ਅਪਲਾਈ ਕਰਨ ਵਾਲੇ ਵੀ ਧਿਆਨ ਨਾਲ ਸੁਣੋ ਤਾਂ ਕਿ ਤੁਹਾਡੀ ਰਿਫਿਊਜ਼ਲ ਆਵੇ ਹੀ ਨਾ। ਔਰ ਮੈਂ ਇਸੇ ਕਰਕੇ ਤੀਰਥ ਸਿੰਘ ਜੀ ਨੂੰ ਕਹਿੰਦਾ ਹੁੰਦਾ ਕਿ ਤੀਰਥ ਸਿੰਘ ਜੀ ਰਿਫਿਊਜ਼ਲਾਂ ਦੇ ਬਾਦਸ਼ਾਹ ਨੇ, ਕਿਉਂਕਿ ਬਹੁਤ ਜ਼ਿਆਦਾ ਰਿਫਿਊਜ਼ਲ ਕੇਸ ਨੇ ਜਿਹੜੇ ਇਹ ਉਹਨੂੰ ਸਕਸੈਸ 'ਚ ਕਨਵਰਟ ਕਰਦੇ ਨੇ। ਰਿਫਿਊਜ਼ਲਾਂ ਦੇ ਬਾਦਸ਼ਾਹ ਮਤਲਬ ਇਹ ਨਹੀਂ ਵੀ ਇਹਨਾਂ ਦੀ ਰਿਫਿਊਜ਼ਲ ਜ਼ਿਆਦਾ ਆਉਂਦੀ ਹੈ, ਰਿਫਿਊਜ਼ਲ ਦਾ ਸੋਲਿਊਸ਼ਨ ਕੱਢਦੇ ਨੇ, ਵੀਜ਼ਾ ਗ੍ਰਾਂਟ ਕਰਾ ਕੇ ਸਟੂਡੈਂਟਸ ਨੂੰ ਦਿੰਦੇ ਨੇ ਆਪਣੀ ਗਾਈਡੈਂਸ ਦੇ ਨਾਲ। ਸਾਡੇ ਨਾਲ ਮੌਜੂਦ ਨੇ ਤੀਰਥ ਜੀ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ, ਅਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਤੀਰਥ ਜੀ, ਪਹਿਲਾਂ ਤਾਂ ਦੱਸੋ ਕਿਹੜਾ ਵਿਦਿਆਰਥੀ ਸੀ ਜਿਹਦਾ 4 ਦਿਨ 'ਚ ਵੀਜ਼ਾ ਆਇਆ, ਕਿੰਨੀਆਂ ਰਿਫਿਊਜ਼ਲਾਂ ਸੀ? ਪਤਾ ਲੱਗਿਆ ਕਿ ਵਿਦਿਆਰਥੀ ਬਹੁਤ ਪਰੇਸ਼ਾਨ ਸੀ, ਇੰਨੀਆਂ ਰਿਫਿਊਜ਼ਲਾਂ ਆਈਆਂ ਸੀ। ਸੋ ਅਤੇ ਮੈਂ ਤਾਂ ਕਹੂੰਗਾ ਕਿ ਅੱਜ ਸਾਡੇ ਲਈ ਜਿਹੜਾ ਦਿਨ ਚੜਿਆ, ਅਤੇ ਅੱਜ ਮੈਂ ਤਰੀਕ ਵੀ ਬੱਚਿਆਂ ਨੂੰ ਦੱਸਦਾ ਕਿ ਅੱਜ 21 ਤਰੀਕ ਆ, 21 ਜੁਲਾਈ ਵਾਲਾ ਦਿਨ ਆ, ਅਤੇ ਸੋ ਸਾਡੇ ਲਈ ਬਹੁਤ ਕਰਮਾਂ ਵਾਲਾ ਦਿਨ ਚੜਿਆ, ਭਾਗਾਂ ਵਾਲਾ ਦਿਨ ਚੜਿਆ, ਕਿ ਸਾਡੀ ਜੇ ਕਿਸੇ ਬੱਚੇ ਨੇ ਸਾਡੇ 'ਤੇ ਉਮੀਦ ਪਾਈ ਰੱਖੀ ਸੀਗੀ ਅਤੇ ਅੱਜ ਉਹਦੀ ਪੂਰੀ ਹੋਈ ਆ। ਸੋ ਸਰ, ਅੱਜ ਮੈਂ ਪਰੂਫ ਦੇ ਆਧਾਰ 'ਤੇ ਮੈਂ ਨਾਲ ਡਾਕੂਮੈਂਟਸ ਵੀ ਲੈ ਕੇ ਆਇਆ ਕਿ ਅਸੀਂ ਉਹਨਾਂ ਬੱਚੇ ਦੀ ਫਾਈਲ ਮੈਂ ਪਹਿਲਾਂ ਦਿਖਾ ਦੇਵਾਂ ਸਰ। ਦਿਖਾ ਦਿਓ, ਅੱਜ 22 ਜੁਲਾਈ ਨੂੰ ਤੁਹਾਨੂੰ ਇਹ ਪ੍ਰੋਗਰਾਮ ਦਿਖਾ ਰਹੇ ਹਾਂ, 21 ਜੁਲਾਈ ਸ਼ਾਮ ਨੂੰ ਰਿਕਾਰਡ ਕੀਤਾ ਸੀ ਅਸੀਂ। ਸਰ 15th ਆਫ ਜੁਲਾਈ ਨੂੰ ਉਹਦੇ ਕੋਲ ਸਟੂਡੈਂਟ ਦੀ ਅਸੀਂ ਫਾਈਲ ਲਾਂਚ ਕੀਤੀ ਹੋਈ ਆ, ਜਿਹੜੀ 15 ਜੁਲਾਈ ਨੂੰ, ਅਤੇ 19th ਆਫ ਜੁਲਾਈ ਨੂੰ ਆ ਸਟੂਡੈਂਟ ਨੂੰ ਪਾਸਪੋਰਟ ਰਿਕੁਐਸਟ ਰਿਸੀਵ ਹੋਈ ਹੈ। ਲਓ ਦੇਖੋ ਜੀ, 15 ਜੁਲਾਈ ਨੂੰ ਫਾਈਲ ਲਾਂਚ ਹੋਈ ਹੈ ਅਤੇ 19 ਜੁਲਾਈ ਨੂੰ PPR ਆ ਗਈ। ਇਹ ਕੋਈ ਜਾਦੂ ਕੀਤਾ ਕੀਤਾ ਕੀ ਹੈ? ਇਹ ਤਾਂ ਚੰਗਿਆੜੇ ਕੱਢਤੇ ਤੁਸੀਂ। ਸਰ ਇੱਕ ਪਾਸੇ ਤਾਂ ਮੈਂ ਕਹੂੰਗਾ ਕਿ ਸਾਡੀਆਂ ਵੀ ਫਾਈਲ ਕਾਫੀ ਫਾਈਲ ਅੰਬੈਸੀ ਦੇ ਵਿੱਚ ਹਜੇ ਵੀ ਪੈਂਡਿੰਗ ਆ, ਜਿਹੜੇ ਰਿਜ਼ਲਟ ਜਿਹਨਾਂ ਦੀ ਹਜੇ ਤੱਕ ਨਹੀਂ ਆਏ। ਬਟ ਕਿਤੇ ਨਾ ਕਿਤੇ ਮੈਂ ਇਸ ਫਾਈਲ ਦੀ ਜੇ ਗੱਲ ਕਰਾਂ, ਬਹੁਤ ਵੱਡਾ ਇੱਕ ਚੈਲੰਜ ਸੀਗਾ ਇੱਕ ਬੱਚਿਆਂ ਦੇ। ਕਹੂੰਗਾ ਕਿ ਸਰ ਇੱਕ ਮੈਂ ਬੱਚੇ ਜਦੋਂ ਰਿਫਿਊਜ਼ਲ ਆਉਂਦੀ ਹੈ ਨਾ, ਮੈਂ ਤਕਰੀਬਨ ਹਰ ਲਾਈਵ ਸ਼ੋਅ ਦੇ ਵਿੱਚ ਕਹਿੰਦਾ ਵੀ ਹੁੰਦਾ ਵਾਂ ਕਿ ਜੇਕਰ ਬਾਹਰ ਜਾਣਾ ਤੁਸੀਂ ਸੁਪਨਾ ਦੇਖਿਆ ਵਾ ਅਤੇ ਉਹਨੂੰ ਪੂਰੀ ਕਰਨ ਦੀ ਵੀ ਹਿੰਮਤ ਰੱਖਣੀ ਹੈ, ਪੂਰੀ ਜਿੱਦ ਰੱਖਣੀ। ਸਰ ਮੈਂ ਸਟੂਡੈਂਟ ਨੂੰ ਸਭ ਤੋਂ ਪਹਿਲਾਂ ਤਾਂ ਕੰਗ੍ਰੈਚੁਲੇਸ਼ਨ, ਤਾਂ ਉਹ ਸਟੂਡੈਂਟ ਦੀ ਕਹੂੰਗਾ ਹਿੰਮਤ ਰੱਖੂੰਗਾ। ਸਰ ਇਹ ਫਾਈਲ ਦੀ ਅਗਰ ਮੈਂ ਗੱਲ ਵੀ ਦੱਸ ਦੇਵਾਂ, ਇਸ ਫਾਈਲ ਜਦੋਂ ਸਾਡੇ ਕੋਲ ਬੱਚਾ ਅਨਰੋਲ ਹੋਇਆ, ਫੀ ਪੇਮੈਂਟ ਵੀ ਹੋ ਗਈ, ਜਦੋਂ ਮੈਂ ਦੱਸਿਆ ਕਿ ਜਿਹੜੀਆਂ ਫਾਈਨਲ SOP ਅਪਰੂਵ ਹੋਣੀ ਹੈ ਸਰ, ਉਹ ਮੇਰਾ ਡਿਪਾਰਟਮੈਂਟ ਆ, ਕਿਉਂਕਿ ਮੇਰੇ ਅਪਰੂਵਲ ਤੋਂ ਬਿਨਾਂ ਚਾਹੇ ਫਾਈਲ 2-3-4 ਦਿਨ, ਹਫ਼ਤਾ ਦਾ ਵੀ ਲੇਟ ਹੋ ਜਾਵੇ,
ਡਜ਼ਨਟ ਮੈਟਰ ਸਰ, ਕਿਉਂਕਿ ਜਦ ਤੱਕ ਤੁਹਾਡੀ ਮਰਜ਼ੀ ਬਿਨਾਂ ਫਾਈਲ ਜਾਂਦੀ ਨਹੀਂ ਅੱਗੇ, ਬਿਲਕੁਲ ਨਹੀਂ ਜਾਂਦੀ ਸਰ। ਇਹ ਫਾਈਲ ਮੇਰੇ ਟੇਬਲ 'ਤੇ 15 ਦਿਨ ਪਈ ਰਹੀ ਸਰ। ਉਹ ਕਿਉਂ ਪਈ ਰਹੀ ਸਰ? ਅੰਦਰੋਂ ਜੇ ਕਹਿ ਸਕਦੇ ਕਿ ਇੰਪਰੂਵਮੈਂਟ, ਜਿੱਦਾਂ ਕਹਿ ਸਕਦੇ ਕਿ ਯਾਰ ਮੈਂ ਹੋਰ ਵੀ ਇਹ 'ਤੇ ਕੁਛ ਇੰਪਰੂਵ ਕਰ ਸਕਦਾ, ਹੋਰ ਵੀ ਕਰ ਸਕਦਾ, ਸਾਈਡ 'ਤੇ ਰੱਖੀ ਗਈ ਡੇਲੀ ਕੁਛ ਨਾ ਕੁਛ ਇਹਦੇ ਫਾਈਲ 'ਚ ਐਡ ਆਨ ਹੁੰਦਾ ਰਿਹਾ। ਰੋਜ਼ ਪੜ੍ਹਦੇ ਸੀ ਮਤਲਬ ਤੁਸੀਂ? ਪੜ੍ਹਦੇ ਬਿਲਕੁਲ ਸਰ, ਜਿੱਦਾਂ ਲਾ ਲਓ ਕਿ ਰੋਜ਼ ਕੁਛ ਨਾ ਕੋਈ ਆਈਡੀਆ ਦੇਖ ਰਹੇ ਸੀ, ਕਿਉਂਕਿ ਅੱਜ ਮੈਂ ਦੱਸ ਦੇਵਾਂ ਇਸ ਬੱਚੇ ਦੀ 7 ਵਾਰੀ ਰਿਫਿਊਜ਼ਲ ਲੱਗੀ ਹੋਈ ਹੈ। ਓਏ ਹੋਏ ਹੋਏ, 7 ਵਾਰੀ ਰਿਫਿਊਜ਼ਲ ਇਸ ਬੱਚੇ ਦੀ ਲੱਗੀ। ਸੋ ਕੈਨੇਡਾ ਤੋਂ ਸਿਰਫ, ਕੈਨੇਡਾ ਤੋਂ ਸਿਰਫ 7 ਵਾਰੀ ਰਿਫਿਊਜ਼ਲ ਸਰ, 2 ਸਾਲ ਦੇ ਟਾਈਮ ਦੇ ਵਿੱਚ। 2 ਸਾਲ 'ਚ 7 ਵਾਰ ਰਿਫਿਊਜ਼ਲ? ਹਾਂਜੀ, ਤੇ ਇਹ ਬੱਚਾ ਮੈਂ ਦੱਸ ਵੀ ਦਵਾਂ 2 ਪਰ ਬੱਚੇ ਦੀ ਹਿੰਮਤ ਹੈਗੀ, ਬੱਚਾ ਹਿੰਮਤ ਹਾਰਿਆ ਨਹੀਂ, ਡੀਮੋਟੀਵੇਟ ਨਹੀਂ ਹੋਇਆ। ਇਹਦੀ ਮੈਂ ਪ੍ਰੋਫਾਈਲ ਵੀ ਸਰ ਥੋੜ੍ਹੀ ਦੱਸ ਦਵਾਂ, ਜਿੱਦਾਂ ਮੈਂ ਅੱਗੇ ਵੀ ਕਹਿੰਦਾ ਹੁੰਦਾ ਮੈਚਿਓਰ ਪ੍ਰੋਫਾਈਲ ਹੁੰਦੀਆਂ ਜਿਹੜੇ ਬੱਚੇ ਗ੍ਰੈਜੂਏਟ ਆ। 2018 ਦੇ ਵਿੱਚ ਸਟੂਡੈਂਟ ਗ੍ਰੈਜੂਏਟ ਸੀਗਾ ਸਰ, 2018 'ਚ। ਹਾਂ, ਸੋ 3 ਸਾਲਾਂ ਦੇ ਵਿੱਚ ਆ ਲਗਭਗ ਅੱਜ ਦੀ ਡੇਟ ਤੱਕ ਸਟੂਡੈਂਟ ਨੇ ਸਿਰਫ ਰੀਅਪਲਾਈ ਕੀਤਾ, ਕੋਈ ਜੋਬ ਨਹੀਂ ਕੀਤੀ। ਸੋ ਮੈਂ ਅੱਜ ਚੈਲੰਜ ਦੱਸ ਸਕਦਾ ਸਰ, ਕੋਈ ਵੀ ਫਾਈਲ 'ਚ ਇਹਨਾਂ ਦਾ ਫੇਕ ਐਕਸਪੀਰੀਅੰਸ ਨਹੀਂ ਲਾਇਆ, ਕੋਈ ਫੇਕ ਡਾਕੂਮੈਂਟੇਸ਼ਨ ਨਹੀਂ ਲਾਇਆ, ਸਿਰਫ ਸੇਫ ਪ੍ਰੈਜੈਂਟੇਸ਼ਨ ਦੇ ਦਮ 'ਤੇ ਸਰ ਵੀਜ਼ਾ ਕੱਢਿਆ। ਸੋ ਸਾਰੀ ਫਾਈਲ ਪ੍ਰੈਜੈਂਟੇਸ਼ਨ ਕੱਢ ਕੇ ਕਿ ਇੰਨੀਆਂ ਇਕੱਲੀ ਇਕੱਲੀ ਰਿਫਿਊਜ਼ਲ ਦਾ ਸਰ ਜਵਾਬ ਦਿੱਤਾ SOP ਦੇ ਵਿੱਚ। ਉਸ ਤੋਂ ਬਾਅਦ ਫਿਰ ਹੁਣ ਕਿਉਂ ਕਾਲਜ ਹੁਣ ਕਾਹਦੇ ਵਾਸਤੇ ਅਪਲਾਈ ਕਰਨੇ ਆ, ਅਤੇ ਅੱਗੇ ਇਹਨਾਂ ਨੂੰ ਕੀ ਬੈਨੀਫਿਟ ਹੋਣਾ ਜਿਹੜੇ ਆ ਵਾਲੇ ਹੁਣ ਕਾਲਜ 'ਚ ਯੂਨੀਵਰਸਿਟੀ ਚੱਲੇ ਆ, ਫਿਰ ਕੋਰਸ 'ਚ ਚੱਲੇ ਆ, ਕਿੱਦਾਂ ਬੈਨੀਫਿਟ ਹੋਊਗਾ ਸਰ? ਹਰ ਤਰ੍ਹਾਂ ਦਾ ਸਟੱਡੀ ਪਲਾਨ ਇਹਨਾਂ ਨੂੰ ਬਣਾਇਆ ਸਰ। ਮੋਰ ਓਵਰ ਮੈਂ ਕਿਹਦੇ 'ਚ ਐਡ ਆਨ ਵੀ ਕਰ ਦੇਵਾਂ, ਸਟੂਡੈਂਟ ਨੇ ਸਰ, ਮੈਂ 3-4 ਦਿਨ ਪਹਿਲਾਂ ਲਾਈਵ ਸ਼ੋਅ ਲਾਇਆ ਆਪਣੇ ਮੰਚ 'ਤੇ ਸਟੂਡੈਂਟ ਨੂੰ ਮੈਂ ਅਸੀਂ ਸਰ ਇਹ ਰਿਫਿਊਜ਼ਲਸ, ਇਹ ਤਾਂ ਮੈਂ ਕਹੂੰਗਾ ਇੱਕ ਤਾਂ ਮੈਂ ਤੋਂ ਲਾਈਵ ਐਗਜ਼ਾਮਪਲਸ ਆ ਮੈਂ ਤੁਹਾਨੂੰ ਦਿਖਾ ਰਿਹਾ। ਇਨ ਪਾਸ ਵੇ ਸਟੂਡੈਂਟ ਨੇ ਮੈਨੂੰ ਪੁੱਛਿਆ ਸਰ ਕਿੰਨੀਆਂ ਕੁ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਲੱਗ ਰਿਹਾ ਸਰ, ਉਹਨੂੰ ਮੈਂ ਦੱਸਿਆ ਕਿ ਹਾਂ ਬੇਟਾ 7 ਰਿਫਿਊਜ਼ਲ ਤੋਂ ਬਾਅਦ ਤਾਂ ਮੈਂ ਆਪ ਸਟੂਡੈਂਟ ਦਾ ਵੀਜ਼ਾ ਲਿਆ ਹੋਇਆ। ਸੋ ਅੱਛਾ, ਲਾਈਵ ਸ਼ੋਅ 'ਚ ਤੁਸੀਂ ਦੱਸਿਆ? ਮੇਰੇ ਤੋਂ ਸਟੂਡੈਂਟ ਨੇ ਪੁੱਛਿਆ ਸਰ ਕਿ ਕਿੰਨੀਆਂ ਰਿਫਿਊਜ਼ਲ ਤੋਂ ਬਾਅਦ ਵੀ ਤੁਸੀਂ ਵੀਜ਼ਾ, ਤੁਹਾਡੇ ਕੋਲ ਤੁਸੀਂ ਮੈਕਸਿਮਮ ਲਿਆ? ਮੈਂ ਕਿਹਾ 7 ਵਾਰ ਤਾਂ ਮੈਂ ਵੀਜ਼ਾ ਲਿਆ ਹੋਇਆ। ਅੱਛਾ, ਤੁਸੀਂ ਪਹਿਲਾਂ ਵੀ ਲਿਆ ਹੋਇਆ 7 ਵਾਰ? ਪਹਿਲਾਂ ਵੀ ਲਿਆ ਹੋਇਆ, ਪਹਿਲਾਂ ਵੀ ਲਿਆ। ਮਤਲਬ ਤੁਸੀਂ 7 ਰਿਫਿਊਜ਼ਲ ਬਾਅਦ ਵੀਜ਼ਾ, ਇਹ ਤੁਹਾਡਾ ਦੂਜਾ ਤੀਜਾ ਮਤਲਬ? ਹਾਂਜੀ ਬਿਲਕੁਲ ਸਰ। ਅਤੇ ਜਦੋਂ ਮੈਂ ਸਰ ਜਦੋਂ ਸਟੂਡੈਂਟ ਨੇ ਅੱਜ ਆਇਆ, ਸੋ ਅੱਜ ਮੁੱਦਾ ਵੀ ਇਹੀ ਹੈ ਕਿ ਅੱਜ ਸਟੂਡੈਂਟ ਨੂੰ ਮੈਂ ਦਿਖਾਉਣਾ ਚਾਹੁੰਦਾ ਕਿ 7 ਵਾਰ ਰਿਫਿਊਜ਼ਲ ਤੋਂ ਬਾਅਦ ਵੀ ਸਟੂਡੈਂਟ ਵੀਜ਼ਾ ਲੈ ਸਕਦਾ। ਸੋ ਮਤਲਬ ਇਹ ਨਹੀਂ ਕਿ ਜੇ ਤੁਹਾਡੇ ਕੋਲ ਇੱਕ ਵਾਰੀ ਗਲਤੀ ਹੋ ਗਈ, ਇੱਕ ਵਾਰੀ ਫਾਈਲ ਜਸਟੀਫਿਕੇਸ਼ਨ ਹੋ ਗਈ, ਮਤਲਬ ਸਟੂਡੈਂਟ ਕਦੇ ਵੀ ਰਿਫਿਊਜ਼ਲ ਫੁੱਲ ਸਟਾਪ ਨਹੀਂ ਹੁੰਦੀ। ਡੈਫੀਨੇਟਲੀ ਤੁਸੀਂ ਉੱਥੇ ਵਰਕਆਊਟ ਕਰਕੇ ਅਤੇ ਸਟੂਡੈਂਟ ਦਾ ਤੁਸੀਂ ਵੀਜ਼ਾ ਡੈਫੀਨੇਟਲੀ ਤੁਸੀਂ ਅਪਰੂਵ ਕਰਾ ਸਕਦੇ ਆ। ਮੇਨ ਚੀਜ਼ ਮੈਟਰ ਕੀ ਕਰਦੀ ਸਰ? ਜਸਟੀਫਿਕੇਸ਼ਨ। ਸਰ ਇੱਕ ਚੀਜ਼ ਹੋਰ ਐਡ ਆਨ ਕਰ ਦੇਵਾਂ, ਹੁਣ ਤਾਂ ਮੈਂ ਤਾਂ ਕਹੂੰਗਾ ਕਿ ਐਮਬੈਸੀ ਨੇ ਵੀ ਮੋਹਰ ਲਾਤੀ ਹੈ ਜਿਹੜੇ ਜੈਨੂਅਨ ਬੰਦੇ ਕੰਮ ਕਰਦੇ, ਕਿਉਂਕਿ ਉਹਨਾਂ ਨੇ ਹੁਣ ਆਪਣੇ ਹਰ ਵੈਬੀਨਾਰ ਦੇ ਵਿੱਚ ਦੱਸ ਰਿਹਾ ਕਿ SOP ਕਿੰਨਾ ਇੰਪੋਰਟੈਂਟ ਰੋਲ ਪਲੇ ਕਰਦੀ। ਸੋ ਜੋ ਤੁਹਾਡੇ ਸਾਹਮਣੇ ਸਰ ਰਿਜ਼ਲਟ ਪਿਆ ਨਾ, ਇਹ ਸਰ ਮਿਹਨਤ ਆ SOP ਦੇ ਕੀਤੀ ਹੋਈ ਆ, ਅਤੇ ਜਸਟੀਫਿਕੇਸ਼ਨ ਜੈਨੂਅਨ ਜਸਟੀਫਿਕੇਸ਼ਨ ਆ, ਕੋਈ ਆਊਟ ਆਫ ਦਾ ਵੇ ਕੋਈ ਚੀਜ਼ਾਂ ਬਾਹਰੋਂ ਐਡ ਆਨ ਕਰਕੇ ਸੁਪਨੇ ਨਹੀਂ ਦਿਖਾਏ ਐਮਬੈਸੀ ਅਫਸਰ ਨੂੰ, ਸੁਪਨੇ ਨਹੀਂ ਦਿਖਾਏ ਬਿਲਕੁਲ, ਕੈਨੇਡਾ ਨੂੰ ਸੁਪਨੇ ਨਹੀਂ ਦਿਖਾਏ। ਅੱਛਾ, ਲੱਡੂਆਂ ਦੇ ਡੱਬੇ ਡੁੱਬੇ ਵਿਦਿਆਰਥੀ ਲੈ ਕੇ ਆਇਆ? ਬਿਲਕੁਲ ਸਰ, ਵਿਦਿਆਰਥਣ ਆ ਜਾਂ ਵਿਦਿਆਰਥੀ? ਇਹ ਵਿਦਿਆਰਥਣ ਆ ਸਰ, ਵਿਦਿਆਰਥਣ ਆ। ਮੈਂ ਨਾਂ ਵੀ ਲੈਣਾ ਚਾਹੂੰਗਾ ਸਰ ਮੈਂ, ਚਲੋ ਨਾ ਰਹਿਣ ਦਿਓ, ਨਾ ਰਹਿਣ ਦਿਓ, ਕਈ ਵਾਰੀ ਤਕਨੀਕੀ ਰੀਜ਼ਨ ਹੁੰਦੇ ਆ, ਪਰ ਚਲੋ ਸਾਡੀ ਬੱਚੀ ਆ, ਬੜੀ ਖੁਸ਼ੀ ਦੀ ਗੱਲ ਹੈ। ਅਤੇ ਲੱਡੂਆਂ ਦੇ ਡੱਬੇ ਆ ਗਏ? ਬਿਲਕੁਲ ਸਰ, ਬਰਫੀ ਦੇ ਡੱਬੇ ਆਏ ਆ ਸਰ ਅੱਜ। ਦੇਖੋ ਇਹ ਖੁਸ਼ੀ ਹੁੰਦੀ ਆ ਵਿਦਿਆਰਥੀ ਜਦੋਂ ਇਸ ਤਰੀਕੇ ਦੀ ਅਚੀਵਮੈਂਟ ਹਾਸਲ ਕਰਦੇ ਆ ਨਾ। ਗੱਲ ਇਹ ਇਹ ਜਿਹੜਾ ਪ੍ਰੋਗਰਾਮ ਕਰ ਰਹੇ ਆ ਨਾ, ਇਹ ਕੋਈ ਤੀਰਤ ਦੀ ਮਸ਼ਹੂਰੀ ਲਈ ਨਹੀਂ ਕਰ ਰਹੇ। ਅਸਲ 'ਚ ਬਹੁਤ ਸਾਰੇ ਬੱਚੇ ਮੈਂ ਦੇਖਦਾ ਤੀਰਤ ਜੀ, ਕਿਸੇ ਦੀ ਇੱਕ ਰਿਫਿਊਜ਼ਲ ਆ ਜਾਂਦੀ, ਉਹਨਾਂ ਦੇ ਮਾਂ ਬਾਪ ਦੱਸ ਦਿੰਦੇ ਜੀ ਕਹਿੰਦੇ ਬੱਚੇ ਨੇ 2 ਦਿਨ ਹੋ ਗਏ ਰੋਟੀ ਨਹੀਂ ਖਾਧੀ। ਰਿਫਿਊਜ਼ਲ ਐਂਡ ਨਹੀਂ ਆ ਜ਼ਿੰਦਗੀ ਦਾ, ਜ਼ਿੰਦਗੀ 'ਚ ਫੇਲ ਪਾਸ ਹੋਣਾ, ਰਿਫਿਊਜ਼ਲ ਆਉਣੀ, ਇਹ ਇੱਕ ਬੜਾ ਕਾਮਨ ਜਿਹਾ ਜਿਹੜਾ ਹੈਗਾ ਇਹ ਜਿਹਨੂੰ ਅਸੀਂ ਕਹਿੰਦੇ ਹਾਂ ਇਹ ਇਹ ਚੀਜ਼ ਹੈ। ਹਾਂ ਠੀਕ ਹੈ, ਕਈ ਵਾਰੀ ਵਿਦਿਆਰਥੀਆਂ ਨੂੰ ਮੈਂ ਦੇਖਦਾ, ਕਈ ਵਾਰੀ ਵਿਦਿਆਰਥੀਆਂ ਨੂੰ ਲੱਗਦਾ ਸਾਡੇ 6 ਮਹੀਨੇ ਖਰਾਬ ਹੋ ਗਏ ਜੀ, 1 ਸਾਲ ਖਰਾਬ ਹੋ ਗਏ। ਜ਼ਿੰਦਗੀ 'ਚ ਕੋਈ ਵੀ ਦਿਨ ਖਰਾਬ ਨਹੀਂ ਹੁੰਦਾ, ਤੁਸੀਂ ਉਸ ਦਿਨ ਨੂੰ ਕਿਸੇ ਨਾ ਕਿਸੇ ਰੂਪ 'ਚ ਵਰਤੋ, ਕਿਸੇ ਨਾ ਕਿਸੇ ਰੂਪ 'ਚ ਵਰਤੋ। ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ। ਹਾਂ ਠੀਕ ਹੈ, ਕਈ ਵਾਰੀ ਤੁਹਾਨੂੰ ਲੱਗਦਾ ਅਸੀਂ 6 ਮਹੀਨੇ ਪਿੱਛੇ ਰਹਿ ਗਏ, ਤੁਸੀਂ ਨਹੀਂ ਪਿੱਛੇ ਰਹਿ ਗਏ, ਕਿਉਂਕਿ ਤੁਹਾਡਾ ਮੁਕਾਬਲਾ ਆਪਣੇ ਨਾਲ ਹੀ ਹੈ, ਕਿਸੇ ਨਾਲ ਨਹੀਂ। ਕਿਸੇ ਨਾਲ ਮੁਕਾਬਲਾ ਕਰੋਗੇ ਫਿਰ ਲੱਗੂਗਾ ਤੁਹਾਨੂੰ ਤੁਸੀਂ ਪਿੱਛੇ ਰਹਿ ਗਏ। ਹਰੇਕ ਦੀ ਆਪਣੀ ਜ਼ਿੰਦਗੀ ਹੈ, ਸਾਰੇ ਵਿਦਿਆਰਥੀ ਇੱਕੋ ਜਿਹੀ ਪੜ੍ਹਾਈ ਕਰਕੇ ਇੱਕੋ ਜਿਹਾ ਪੈਸਾ ਨਹੀਂ ਕਮਾਉਂਦੇ, ਇੱਕੋ ਜਿਹਾ ਘਰ ਨਹੀਂ ਬਣਾਉਂਦੇ, ਇੱਕੋ ਜਿਹੀਆਂ ਗੱਡੀਆਂ ਨਹੀਂ ਰੱਖਦੇ।
ਕੋਈ ਵਿਦਿਆਰਥੀ ਮੇਰੇ ਵਰਗੇ ਬੜੇ ਕਮਜ਼ੋਰ ਹੁੰਦੇ ਆ, ਉਹ ਸਧਾਰਨ ਰਹਿ ਜਾਂਦੇ। ਕਈ ਵਿਦਿਆਰਥੀ ਇੰਟੈਲੀਜੈਂਟ ਹੁੰਦੇ ਆ, ਉਹ ਮੇਰੇ ਤੋਂ ਵੀ ਸਧਾਰਨ ਰਹਿ ਜਾਂਦੇ। ਅਤੇ ਕਈ ਵਿਦਿਆਰਥੀ ਸਾਡੇ ਸਾਰਿਆਂ ਤੋਂ ਬੜੇ ਕਮਜ਼ੋਰ ਹੁੰਦੇ ਆ ਅਤੇ ਉਹ ਬਹੁਤ ਨੋਟ ਛਾਪ ਰਹੇ ਹੁੰਦੇ ਆ ਇੱਜ਼ਤ ਵਾਲੇ। ਸੋ ਇਹ ਸਮਾਂ, ਇਸ ਕਰਕੇ ਇਹ ਬੇਲੋੜੇ ਕੰਪੀਟੀਸ਼ਨ 'ਚ ਮੈਂ ਕਦੀ ਨਹੀਂ ਪੈਂਦਾ ਹੁੰਦਾ ਵੀ ਦੂਸਰੇ ਬੱਚੇ ਦੇ ਨੰਬਰ ਇੰਨੇ ਆ ਗਏ ਜੀ, ਤੁਹਾਡੇ ਕਿਉਂ ਨਹੀਂ ਆਏ। ਸੋ ਦੇਖੋ ਇੱਕ ਕਲਾਸ 'ਚ ਤੀਰਜ ਜੀ ਆਮ ਤੌਰ 'ਤੇ 50-60 ਬੱਚੇ ਨੇ। ਸਾਰੇ ਬੱਚੇ ਜੇ ਟੋਪਰ ਆਉਣ ਲੱਗ ਜਾਣ ਤਾਂ ਫਿਰ ਕੀ ਕਿਵੇਂ ਕਰਾਂਗੇ ਫੈਸਲਾ? ਸੋ ਸਾਰੀਆਂ ਉਂਗਲਾਂ ਬਰਾਬਰ ਦੀਆਂ ਦੇਖ ਲਓ, ਪੰਜਾਂ 'ਚੋਂ ਅੰਗੂਠਾ ਵਿਚਾਰਾ ਜਮਾਂ ਹੀ ਛੋਟਾ। ਸੋ ਇਸ ਕਰਕੇ ਇਹ ਇਸ਼ਤਿਹਾਰ ਨਹੀਂ, ਇਹ ਸਿਰਫ ਸਮਝਾਉਣ ਦੀ ਕੋਸ਼ਿਸ਼ ਹੈ ਕਿ ਰਿਫਿਊਜ਼ਲ ਤੋਂ ਬਾਅਦ ਤੁਸੀਂ ਜੈਨੂਅਨ ਤਰੀਕੇ ਦੇ ਨਾਲ ਆਪਣੀ ਫਾਈਲ ਨੂੰ ਪ੍ਰੋਸੀਡ ਕਰੋ। ਰਿਫਿਊਜ਼ਲ ਐਂਡ ਨਹੀਂ ਹੈ, ਅੰਤ ਨਹੀਂ ਹੈ, ਰੀਪਲਾਈ ਕਰੋ। ਰਿਫਿਊਜ਼ਲ ਹੈ, ਰੀਪਲਾਈ ਕਰੋ, ਪਰ ਸੋਚ ਸਮਝ ਕੇ। SOP ਦੀ ਇੰਪੋਰਟੈਂਸ ਕੀ ਹੈ, ਕੰਸਲਟੈਂਟ ਦੀ ਇੰਪੋਰਟੈਂਸ ਕੀ ਹੈ, ਹੁਣ ਮੈਨੂੰ ਕੰਸਲਟੈਂਟ ਬਾਰੇ ਵੀ ਦੱਸੋ। ਹੁਣ ਜਿਹੜੀਆਂ 7 ਰਿਫਿਊਜ਼ਲਾਂ ਆਈਆਂ, ਇਹਨਾਂ 'ਚ ਤੁਹਾਡੇ ਕੋਲ ਤਾਂ ਨਹੀਂ ਪਹਿਲਾਂ ਕੋਈ ਆਈ? ਸਰ ਸਾਡਾ ਫਸਟ ਟਾਈਮ ਅਪਲਾਈ ਕੀਤਾ। ਤੁਹਾਡੇ ਕੋਲ ਆਏ ਸਟੂਡੈਂਟ 7 ਰਿਫਿਊਜ਼ਲ ਤੋਂ ਬਾਅਦ? ਬਿਲਕੁਲ ਸਰ। ਇਹ ਜਿਹੜੇ ਪਹਿਲਿਆਂ ਨੇ 7 ਲਵਾਤੀਆਂ, ਉਹ ਕਿਵੇਂ ਲਵਾਤੀ? ਸਰ ਮੈਂ ਨਾ ਇੱਕ ਅੱਜ ਸਟੂਡੈਂਟ, ਉਹਨਾਂ ਦੀ ਮਿਹਨਤ ਵੀ ਦੱਸੋ। ਸਰ ਮੈਂ ਸਟੂਡੈਂਟਸ ਨੇ ਯਾਰ ਸਾਡੇ ਕੋਲ ਆਪਣੇ ਰਿਕਾਰਡ ਵੀ ਕੀਤੀ ਸੀਗਾ। ਸਟੂਡੈਂਟ ਮੈਨੂੰ ਅੱਜ ਕਹਿ ਰਿਹਾ ਕਿ ਸਰ ਮੈਂ 8 ਵਾਰੀ ਵੀਡੀਓ ਬਣਾਉਣੀ ਕਿ ਮੈਂ ਇਸ ਚੀਜ਼ ਨੂੰ ਬਹੁਤ ਤਰਸਿਆ। ਅਤੇ ਸਟੂਡੈਂਟ ਦੇ ਪੇਰੈਂਟਸ ਸਰ ਇੰਨੇ ਇਮੋਸ਼ਨਲ ਸੀਗੇ ਨਾ ਸਰ, ਉਹਨਾਂ ਨੂੰ ਤਾਂ ਮੈਂ ਰੋਕਿਆ ਕਿਉਂਕਿ ਇਹ ਚੀਜ਼ ਸਰ ਐਥੀਕਲ ਜੀ ਰੋਂਗ ਹੁੰਦੀ ਹੈ। ਉਹ ਕਹਿੰਦੇ ਸੀ ਮੈਂ ਇਕੱਲੇ ਕੰਸਲਟੈਂਟ ਦਾ ਨਾਮ ਲੈਣਾ ਇਸ ਲਾਈਵ ਸ਼ੋਅ ਦੇ ਵਿੱਚ, ਅਤੇ ਸਰ ਉਹਨਾਂ ਨੂੰ ਰੋਕਿਆ, ਮੇਰੇ ਬੇਨਤੀ ਕੀਤੀ, ਕਹਿੰਦੇ ਤੁਸੀਂ ਨਾ ਲਓ, ਅਸੀਂ ਲਾਈਵ ਸ਼ੋਅ 'ਚ ਫੋਨ ਕਰਕੇ ਦੱਸਾਂਗੇ। ਅਤੇ ਉਹਨਾਂ ਨੂੰ ਕਿਹਾ ਕਿ ਨਹੀਂ ਪਲੀਜ਼, ਇੱਦਾਂ ਨਹੀਂ ਚੰਗਾ ਲੱਗਦਾ, ਤੁਹਾਡਾ ਵੀਜ਼ਾ ਲੱਗ ਗਿਆ, ਪਰਫੈਕਟਲੀ ਫਾਈਨ। ਸਰ ਮੈਂ ਸਟੂਡੈਂਟ ਨੂੰ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀਜ਼ਾ ਬੱਚੇ ਦੀ ਪ੍ਰੋਫਾਈਲ ਨੂੰ ਲੱਗਦਾ, ਜਿੱਦਾਂ ਅੱਗੇ ਵੀ ਹਰ ਬੱਚੇ ਨੂੰ ਮੈਂ ਐਡਵਾਈਸ ਕਰਦਾ, ਕਦੇ ਵੀ ਕਿਸੇ ਦੀ ਗੱਲਾਂ ਮਗਰ ਨਾ ਲੱਗੋ, ਫੇਕ ਡਾਕੂਮੈਂਟ, ਫੇਕ ਕੋਈ ਇਨਫੋਰਮੇਸ਼ਨ ਜਾਣ ਕਰਨੀ। ਇਸ ਬੱਚੇ ਦੀ ਜੇ ਮੈਂ ਕੇਸ ਨੂੰ ਸਰ ਹੱਥ ਪਾਇਆ ਸੀ, ਹਰ ਕੇਸ ਨੂੰ ਸਰ ਅਸੀਂ ਹੱਥ, ਜੇ ਪਤਾ ਹੀ ਹੁੰਦਾ ਸਰ ਮੈਂ ਸੁਸਾਈਡ ਕੇਸ ਬੰਦਾ, ਸੋ ਮੈਂ ਬੱਚੇ ਨੂੰ ਨਾ ਵੀ ਕਰ ਦਿੰਦੇ ਹਾਂ। ਸੋ ਇਸ ਕੇਸ ਦੇ ਵਿੱਚ ਸਰ ਜਿਹੜਾ ਪੋਜ਼ੀਟਿਵ ਪੁਆਇੰਟ ਰੇਟ ਸੀਗਾ, ਅਕੈਡਮਿਕ ਬੱਚਾ ਸਾਊਂਡ ਸੀਗਾ, ਮਤਲਬ ਕਿ ਵਧੀਆ ਸੀਗਾ ਰਿਕਾਰਡ ਉਹਦਾ, 18 ਤੋਂ ਬਾਅਦ ਪਾਵਾਂ ਨਹੀਂ ਉਹਨਾਂ ਨੇ ਕੁਛ ਕੀਤਾ ਸੀ, ਪਰ ਅਪਲਾਈ ਕਰਦੇ ਰਹੇ ਬਾਰ ਬਾਰ। ਬੱਚਾ ਇੰਟੈਲੀਜੈਂਟ ਸੀ, ਬੱਚਾ ਇੰਟੈਲੀਜੈਂਟ, ਤਾਂ ਵੀ ਏਜੰਟਾਂ ਨੇ 7 ਵਾਰੀ ਰਿਫਿਊਜ਼ਲ ਲਵਾਤੀ। ਸਰ ਜਿੱਦਾਂ ਗੱਲ ਨਹੀਂ ਹੁੰਦੀ, ਜਿੱਦਾਂ ਅੱਗੇ ਵੀ ਆਪਾਂ ਗੱਲ ਕਰਦੇ ਹੁੰਦੇ, ਏਜੰਟਾਂ ਕੋਲ ਕੋਰਸ ਹੀ 2 ਹੁੰਦੇ ਆ, ਜਦੋਂ ਸਭ ਕੁਝ ਮੁੱਕ ਜਾਵੇ ਨਾ, ਕਿਉਂਕਿ BSc ਨੋਨ ਮੈਡੀਕਲ ਵਾਲੇ ਬੱਚੇ ਸੀ, ਕੋਰਸ ਹੀ 2 ਹੁੰਦੇ ਆ, ਪ੍ਰੋਜੈਕਟ ਮੈਨੇਜਮੈਂਟ ਦੇ ਦਿਓ ਜੀ, GBM ਦੇ ਦਿਓ ਜੀ, ਮਤਲਬ ਕਿ ਹੋਰ ਕੋਈ, ਮਤਲਬ ਇੱਦਾਂ ਉਹਨਾਂ ਨੂੰ ਲੱਗਦਾ ਕਿ ਆਪਸ਼ਨਸ ਤੇ ਜਾਂਦੇ ਨਹੀਂ, ਆਪਸ਼ਨਸ ਤੇ ਜਾਂਦੇ ਨਹੀਂ, ਰਿਸਰਚ ਹੀ ਨਹੀਂ ਕਰਦੇ ਸਰ, ਮੇਰੀ ਗਰਾਊਂਡ ਵਰਕ ਰਿਸਰਚ ਹੀ ਨਹੀਂ ਕਰਦੇ ਕਿ ਇਸ ਬੱਚੇ ਦੇ ਅਕੈਡਮਿਕਸ ਕੀ ਸੀਗਾ ਅਤੇ ਆਪਾਂ ਇਹਨੂੰ ਕੀ ਦੇ ਸਕਦੇ ਹਾਂ। ਅਤੇ ਸਭ ਤੋਂ ਪਲੱਸ ਪੁਆਇੰਟ ਸਰ ਇਸ ਬੱਚੇ ਦੇ ਵਿੱਚ ਇਹ ਸੀਗਾ ਕਿ ਕਿਸੇ ਤਰ੍ਹਾਂ ਦਾ ਕੋਈ ਫੇਕ ਐਕਸਪੀਰੀਅੰਸ, ਹਾਂ ਮੈਂ ਜਿਹੜੇ ਪਿਛਲੇ ਪ੍ਰੀਵੀਅਸ ਏਜੰਟ ਸੀ, ਹਾਂ ਉਹਨਾਂ ਨੂੰ ਮੈਂ ਥੈਂਕ ਯੂ ਵੀ ਕਹਿੰਦਾ, ਕਿਸੇ ਤਰ੍ਹਾਂ ਦਾ ਪ੍ਰੀਵੀਅਸ ਫੇਕ ਕੋਈ ਐਕਸਪੀਰੀਅੰਸ ਨਹੀਂ ਲਾਇਆ ਹੋਇਆ ਸੀਗਾ, ਕੋਈ ਡਾਕੂਮੈਂਟਸ ਨਾਲ ਛੇੜਕਾਂਡ ਨਹੀਂ ਕੀਤੀ ਸੀ, ਹਾਂ ਇਨਫੋਰਮੇਸ਼ਨ ਸਹੀ ਜਾ ਰਹੀ ਸੀ, ਮੈਨੂੰ ਪੋਜ਼ਿਟਿਵਿਟੀ ਸੀ ਕਿ ਹਾਂ ਵੀ ਮੈਂ ਇਸ ਕੇਸ 'ਤੇ ਆਪਾਂ ਫਾਈਟ ਕਰ ਸਕਦੇ ਹਾਂ। ਬਿਲਕੁਲ ਠੀਕ ਹੈ। ਸੋ 15 ਦਿਨ ਤੁਸੀਂ ਇਹ ਫਾਈਲ ਲਗਾਤਾਰ ਮਾੜਾ ਮੋਟਾ ਅਪਡੇਟ ਕਰਕੇ, ਅਤੇ ਇਹ ਕਿਵੇਂ ਹੋ ਗਿਆ ਕਿ 15 ਜੁਲਾਈ ਨੂੰ ਲਾਇਆ ਅਤੇ 19 ਜੁਲਾਈ ਨੂੰ ਰਿਜ਼ਲਟ ਆ ਗਿਆ? ਸਰ ਇਹ ਤਾਂ ਪਰਮਾਤਮਾ ਜਾਣਦਾ, ਬਟ ਇੱਕ ਗੱਲ ਸਰ ਮੈਂ ਤੁਹਾਨੂੰ ਦੱਸ ਵੀ ਦਾਵਾਂ, ਬੱਚੇ ਕਈ ਵਾਰੀ ਸਰ ਸਵਾਲ ਵੀ ਕਰਦੇ ਆ ਕਿ ਸਰ SOP ਦੀ ਲੈਂਥ ਕਿੰਨੀ ਚਾਹੀਦੀ ਹੈ, ਕਿੰਨੀ ਹੋਣੀ ਚਾਹੀਦੀ। ਸਰ ਅੱਜ ਸੋਰੀ ਇੱਕ ਹੋਰ ਚੀਜ਼ ਐਡ ਆਨ ਕਰ ਦੇਵਾਂ, ਅੱਜ ਬੱਚੇ ਦਾ ਮੈਨੂੰ ਫੋਨ ਆਇਆ, ਰਿਫਿਊਜ਼ਲਸ ਬਹੁਤ ਆ ਰਹੀਆਂ ਮਾਰਕੀਟ 'ਚ, ਬੱਚੇ ਦਾ ਫੋਨ ਆਇਆ ਕਿ ਉਹਨਾਂ ਨੇ ਸਪੈਸ਼ਲੀ ਐਕਸਪਰਟ ਬੰਦੇ ਤੋਂ SOP ਬਣਾਈ ਹੈ ਜੀ 25,000 ਰੁਪਏ ਦੇ। ਸਰ ਮੇਰੇ ਤਾਂ ਇੱਕ ਵਾਰੀ ਸ਼ੌਕ ਹੋ ਗਿਆ ਕਿ ਕਿਹੜੀ 25,000 ਰੁਪਏ ਦੀ ਉਹਨੇ SOP ਬਣਾਤੀ। ਮੈਂ ਸਪੈਸ਼ਲ ਸਰ ਉਹਨੂੰ ਕਿਹਾ ਕਿ ਮੈਨੂੰ ਭਰਾ ਭੇਜ ਦਾ ਸੀ, ਮੈਂ ਵੀ ਦੇਖ ਲਾ 25,000 SOP ਕਿੱਦਾਂ ਬਣ ਜਾਂਦੀ ਆ। ਗਾਈਡੈਂਸ 25,000 ਦੀ ਲੈ ਲਈ ਹੋਣੀ ਉਹਨਾਂ ਸਰ, ਕੇਸ ਕਿਤੋਂ ਹੋਰ ਲਵਾ ਰਿਹਾ, ਬਟ SOP ਕਿਤੋਂ ਹੋਰ ਲਵਾਇਆ ਸਰ, ਇੱਦਾਂ ਦੇ ਵੀ ਮਾਰਕੀਟ 'ਚ ਟ੍ਰੈਂਡ ਚੱਲ ਰਿਹਾ ਜੀ। ਹਾਂ ਸੋ ਬਿਲਕੁਲ ਠੀਕ ਹੈ, ਪਰ ਦੇਖੋ SOP ਇੰਪੋਰਟੈਂਟ ਹੋਣੀ ਚਾਹੀਦੀ। ਹੁਣ ਤੁਸੀਂ ਲੈਂਥ ਦੀ ਗੱਲ ਕਰ ਰਹੇ ਸੀ, SOP ਹੋਣੀ ਕਿੰਨੀ ਚਾਹੀਦੀ? ਮੈਨੂੰ ਤਾਂ ਲੱਗਦਾ ਜਿਵੇਂ ਆਪਾਂ 1-2 ਪੈਰਿਆਂ ਦੀ SOP ਚੱਲ ਜਾਂਦੀ ਹੈ। ਸਰ ਡਿਪੈਂਡ ਕਰਦਾ ਵਾ ਤੁਹਾਡਾ ਕੇਸ ਟੂ ਕੇਸ ਕੀ ਆ, ਤੁਹਾਡੀ ਸਟੱਡੀ ਕੀ ਆ। ਹੁਣ ਮੈਂ ਇਸ ਕੇਸ ਬੱਚੇ ਲਈ ਦੱਸਦਾ ਜੀ, 5+
ਮਤਲਬ ਪੰਜ ਹਰ ਇੱਕ ਪੰਜ ਪੇਜ ਦੀ ਸਟੂਡੈਂਟ ਦੀ SOP ਤੁਸੀਂ 5.5 ਪੇਜ ਦੀ SOP ਹਾਂਜੀ ਇਸ ਬੱਚੇ ਦੀ ਸੀਗੀ ਅਤੇ ਇਸ ਬੱਚੇ ਨੇ ਜਦੋਂ SOP ਪੜ੍ਹੀ ਸੀ ਸਰ ਮੈਨੂੰ ਕਾਲ ਆਇਆ ਕਿ ਸਰ ਮੈਨੂੰ ਲੱਗ ਰਿਹਾ ਕਿ ਮੇਰਾ ਵੀਜ਼ਾ ਆ ਜਾਏਗਾ ਮੈਨੂੰ ਨਾ ਆਇਆ ਕਿਉਂਕਿ ਸਰ ਸਾਡਾ ਇੱਕ ਚੀਜ਼ ਹੁੰਦੀ ਹੈ ਕਿ ਪਰ ਜਿਹੜਾ ਐਮਬੈਸੀ ਆਫਿਸਰ ਹੈ ਉਹ 4-5 ਪੇਜ ਪੜ੍ਹਦਾ ਸਰ ਸਰ ਡਿਪੈਂਡ ਕਰਦਾ ਜੇ ਤਾਂ ਤੁਸੀਂ ਕਾਪੀ ਪੇਸਟ ਕਰੋਗੇ ਕਿਉਂਕਿ ਇਹ ਵੀਜ਼ਾ ਆਫਿਸਰ ਦਾ ਕੰਮ ਕੀ ਹੈ ਸਰ ਸਾਡੀ ਗਲਤੀ ਲੱਭਣਾ ਸੋ ਜੇਕਰ ਮੈਂ ਕਾਪੀ ਪੇਸਟ ਮਾਰੀ ਹੋਈ ਹੈ ਸਰ ਡੈਫੀਨੇਟਲੀ ਉਹਨਾਂ ਨੇ ਪਹਿਲੇ ਪੇਜ 'ਤੇ ਉੱਥੇ ਰੁਕ ਕੇ ਉੱਥੇ ਫੁੱਲ ਸਟੋਪ ਕਰਕੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਸੇਮ ਤਰ੍ਹਾਂ ਦੀ ਸਾਡੇ ਕੋਲ ਕਾਪੀ ਲਿਖੀ ਹੋਈ ਆ ਰਹੀ ਹੈ ਅਗਰ ਸਟੂਡੈਂਟ ਤੁਹਾਡੀ ਗਾਈਡੈਂਸ ਨਾਲ ਖੁਦ SOP ਲਿਖ ਕੇ ਭੇਜਦਾ ਤਾਂ ਉਹਦੀ ਗੱਲਬਾਤ ਹੀ ਕਿਆ ਫਿਰ ਸਰ ਕਿਉਂਕਿ ਸਟੂਡੈਂਟ ਬੇਸਿਕਲੀ ਜਿਹੜੀ ਬੇਸਿਕ ਇਨਫੋਰਮੇਸ਼ਨ ਸਟੂਡੈਂਟ ਨੂੰ ਆਪਣੇ ਬਾਰੇ ਜ਼ਿਆਦਾ ਪਤਾ ਹੁੰਦਾ ਹੁਣ ਮੈਂ ਇਹਦੇ ਬੱਚੇ ਦੇ ਬਾਰੇ ਦੱਸਾਂ ਜਿਹੜੇ 5.5 ਪੇਜ ਸੀਗੇ ਸਰ ਪੂਰਾ ਇਹਦੀ ਹਿਸਟਰੀ ਕਿਉਂਕਿ ਪਿਛਲੀਆਂ ਜਿਹੜੀਆਂ 7 ਰਿਫਿਊਜ਼ਲਸ ਆਈਆਂ ਸਰ ਉਹ ਵੀ ਤੁਸੀਂ ਦੱਸੀਆਂ ਸਰ ਇਕੱਲੀ ਇਕੱਲੀ ਦਾ ਰੀਜ਼ਨ ਦੱਸਿਆ ਕਿ ਹਾਂ ਵੀ ਰਿਫਿਊਜ਼ਲ ਦਾ ਰੀਜ਼ਨ ਕੀ ਸੀਗਾ ਕਿੱਥੇ ਸਾਡੇ ਤੋਂ ਗਲਤੀ ਹੋਈ ਆ ਅਤੇ ਆਹ ਵਾਲਾ ਹੁਣ ਜਿਹੜੀ ਮੈਂ ਹੁਣ ਇੰਸਟੀਟਿਊਟ ਲੈ ਰਿਹਾ ਕਿਉਂ ਲੈ ਰਿਹਾ ਮੈਨੂੰ ਬੈਨੀਫਿਟ ਕੀ ਹੈ ਸਰ ਸਭ ਤੋਂ ਇੰਪੋਰਟੈਂਟ ਫਿਊਚਰ ਗੋਲਸ ਕਲੀਅਰ ਕੀਤੇ ਸੀਗੇ ਕਿ ਮੈਂ ਅੱਜ ਤੱਕ ਸਟਿਕ ਕਿਉਂ ਹਾਂ ਮੈਂ ਬਾਰ ਬਾਰ ਕਿਉਂ ਰੀਅਪਲਾਈ ਕਰ ਰਿਹਾ ਵਾਂ ਅਤੇ ਮੇਰੇ ਫਿਊਚਰ ਗੋਲਸ ਕੀ ਆ ਕਿ ਮੇਰੇ ਲਈ ਕੈਨੇਡਾ ਪੜ੍ਹਨਾ ਜ਼ਰੂਰੀ ਕਿਉਂ ਆ ਸਰ ਹਰ ਚੀਜ਼ 'ਤੇ ਉਹਦੇ 'ਤੇ ਮਿਹਨਤ ਕੀਤੀ ਗਈ ਗੋਲਸ ਕਲੀਅਰ ਕੀਤੇ ਗਏ ਉਸ ਤੋਂ ਬਾਅਦ ਕਿ ਉਹਨਾਂ ਨੂੰ ਪੜ੍ਹ ਕੇ ਕਿੱਥੇ ਜੋਬ ਮਿਲ ਸਕਦੀ ਆ ਕਿੰਨੀ ਸੈਲਰੀ ਸਲੈਬਸ ਮਿਲਦੀ ਆ ਮਤਲਬ ਕਿ ਸਰ ਤੁਸੀਂ ਵੀ ਜੇ ਤੁਹਾਨੂੰ ਅੱਜ ਵੀ ਮੈਂ ਦਿਖਾਵਾਂ ਤਾਂ ਤੁਸੀਂ ਵੀ ਕਹੋਗੇ ਹਾਂ ਯਾਰ ਰਿਸਰਚ ਕੀਤੀ ਆ ਈਵਨ ਕਿ ਲਿੰਕਸ ਪ੍ਰੋਵਾਈਡ ਕੀਤੇ ਗਏ ਕਿ ਕਿੱਥੋਂ ਕਿੱਥੋਂ ਰਿਸਰਚ ਕਰ ਰਹੇ ਹਾਂ ਕੀ ਕਰ ਰਹੇ ਹਾਂ ਇੱਕ ਪ੍ਰੋਫੈਸ਼ਨਲ ਰਿਸਰਚ ਕਰਕੇ ਬਣੀ ਸਰ ਅਤੇ ਅੱਜ ਵੀਜ਼ਾ ਆਇਆ ਅਤੇ ਡੈਫੀਨੇਟਲੀ ਕੋਈ ਇੱਦਾਂ ਦਾ ਨਹੀਂ ਸੀਗਾ ਕੋਈ ਤੀਰ ਤੁੱਕਾ ਨਹੀਂ ਸੀਗਾ ਕਿ ਹਾਂਜੀ ਨਹੀਂ ਨਹੀਂ 7 ਰਿਫਿਊਜ਼ਲ ਤੋਂ ਬਾਅਦ ਵੀਜ਼ਾ ਲੈਣਾ ਇਹ ਤੀਰ ਤੁੱਕਾ ਨਹੀਂ ਹੋ ਸਕਦਾ ਇਹ ਤਾਂ ਮਿਹਨਤ ਹੈ ਤੁਹਾਡੀ ਬਹੁਤ ਜ਼ਿਆਦਾ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਜੀ ਇਸ ਵਿਦਿਆਰਥਣ ਨੂੰ ਸਾਡੇ ਵੱਲੋਂ ਵੀ ਬਹੁਤ ਮੁਬਾਰਕਾਂ ਸਾਡੀ ਬੱਚੀ ਹੈ ਔਰ ਸ਼ੁਭਕਾਮਨਾਵਾਂ ਵੀ ਸਾਰੇ ਵਿਦਿਆਰਥੀ ਜਿਨ੍ਹਾਂ ਦੀ ਰਿਫਿਊਜ਼ਲ ਆਉਂਦੀ ਹੈ ਸ਼ੁਭਕਾਮਨਾਵਾਂ ਦੇ ਨਾਲ ਨਾਲ ਮੈਂ ਇੱਕ ਵਾਰੀ ਤੀਰਥ ਜੀ ਦੇ ਨਾਲ ਜ਼ਰੂਰ ਸੰਪਰਕ ਕਰੋ ਗਾਈਡੈਂਸ ਲਓ ਕੇਸ ਕਿੱਥੋਂ ਅਪਲਾਈ ਕਰਨਾ ਇਹ ਤੁਹਾਡਾ ਜਾਤੀ ਡਿਸੀਜ਼ਨ ਹੈ ਪਰ ਇੱਕ ਵਾਰੀ ਚੰਗੇ ਕੰਸਲਟੈਂਟ ਤੋਂ ਸਲਾਹ ਜ਼ਰੂਰ ਲਓ ਕਿਉਂਕਿ ਤੀਰਥ ਜੀ ਐਜੂਕੇਟਡ ਨੇ ਤੀਰਥ ਜੀ ਤਾਂ ਖੁਦ UK ਪੜ੍ਹੇ ਨੇ ਬਿਲਕੁਲ ਸਰ ਸੋ ਇਸ ਕਰਕੇ ਬਹੁਤ ਮੁਬਾਰਕਾਂ ਤੀਰਥ ਜੀ ਅਤੇ ਹੁਣ ਬਹੁਤ ਸਾਰੇ ਰਿਫਿਊਜ਼ਲ ਵਾਲੇ ਜਿਹੜੇ ਕੇਸ ਨੇ ਸਾਡੇ ਉਹ ਰੀਅਪਲਾਈ ਅੱਜ ਕੱਲ੍ਹ ਕਰ ਰਹੇ ਨੇ ਤੁਹਾਡੇ ਨਾਲ ਬੱਚੇ ਰਿਫਿਊਜ਼ਲ ਵਾਲੇ ਇਨ ਟੱਚ ਨੇ ਲਗਾਤਾਰ ਤੁਹਾਡੇ ਨਾਲ ਇਨ ਟੱਚ ਨੇ ਕਿਉਂਕਿ ਤੁਸੀਂ ਮਸ਼ਹੂਰ ਹੋ ਗਏ ਵੈਸੇ ਤੀਰਥ ਜੀ ਲੋਕ ਕਹਿੰਦੇ ਨੇ ਵੀ ਰਿਫਿਊਜ਼ਲ ਆ ਗਈ ਅਤੇ ਤੀਰਥ ਜੀ ਕੋਲ ਚੱਲ ਜਾਓ ਪਿੱਛੇ ਜੇ ਵੀ ਤੁਸੀਂ ਦਿਖਾਈਆਂ ਸੀ ਬਹੁਤ ਸਾਰੇ ਰਿਫਿਊਜ਼ਲ ਕੇਸ ਤੁਸੀਂ ਵੀਜ਼ੇ ਲੈ ਕੇ ਦਿੱਤੇ ਸਟੂਡੈਂਟ ਸਰ ਇੱਕ ਸਟੂਡੈਂਟ ਹੋ ਰਿਹਾ ਕਿ 4:30 ਉਹਨੇ ਆਪਣੀ ਈਮੇਲ ਚੈੱਕ ਕੀਤੀ ਉਹਨੇ ਉਹਨੂੰ ਰਿਫਿਊਜ਼ਲ ਆ ਕਹਿੰਦਾ ਮੈਂ ਸਰ ਆਪਣੇ ਕੰਸਲਟੈਂਟ ਕੋਲ ਨਹੀਂ ਗਿਆ ਸਿਰਫ ਤੁਹਾਡੇ ਕੋਲ ਆਇਆ ਅਤੇ ਮੈਂ ਕਦੀ ਕਹਿਣਾ ਵੀ ਚਾਹੂੰਗਾ ਇਕੱਲੀ ਰਿਫਿਊਜ਼ਲ ਨਹੀਂ ਮੈਂ ਤਾਂ ਕਹੂੰਗਾ ਕਿ ਆਪਾਂ ਰਿਫਿਊਜ਼ਲ ਲੈਣੀ ਕਿਉਂ ਆ ਬਾਕੀ ਸਰ ਮੈਂ ਕਹਿ ਦੇਵਾਂ ਕਿ ਮੇਰਾ ਵੀ 100% ਸਕਸੈਸ ਰੇਟ ਨਹੀਂ ਹੈਗਾ ਉਹ ਕਿਸੇ ਦਾ ਵੀ ਨਹੀਂ ਹੁੰਦਾ ਦੁਨੀਆ ਦੀਆਂ ਵੀ ਰਿਫਿਊਜ਼ਲਸ ਆਉਂਦੀਆਂ ਸਮ ਟਾਈਮ ਮੇਰੇ ਕੋਲ ਸਰ ਕੇਸਿਸ ਇੱਦਾਂ ਦੇ ਵੀ ਚੱਲਣ ਦੇ ਆ ਜਿਹੜੇ ਕਿ ਮੈਂ ਇੱਕ ਬਹੁਤ ਚੈਲੰਜ ਲਿਆ ਹੋਇਆ ਕਿਉਂਕਿ ਉਹ ਬੱਚਿਆਂ ਦੇ ਨਾਲ ਉਹਨਾਂ ਦੀ ਜੈਨੂਨ ਐਜੂਕੇਸ਼ਨ ਹਾਈਡ ਕੀਤੀ ਗਈ ਹੈ ਦੈਟ ਇਜ਼ ਰੋਂਗ ਹਾਂ ਸਰ ਉਹ ਪਰ ਉਹ ਗੱਲ ਕੀ ਹੈ ਬੱਚੇ ਕੋਲ ਕੋਈ ਹੋਰ ਆਪਸ਼ਨ ਹੀ ਨਹੀਂ ਹੈ ਅਤੇ ਮੈਂ ਉਹਨੂੰ ਦੁਬਾਰਾ ਨਹੀਂ ਦੱਸ ਸਕਦਾ ਸਰ ਦੱਸੂਗਾ ਤਾਂ ਬੱਚੇ ਦੇ ਬੈਨ ਹੀ ਲਵਾਉਂਗਾ ਸੋ ਕਿਤੇ ਨਾ ਕਿਤੇ ਇੱਦਾਂ ਦੇ ਕੇਸਿਸ ਵੀ ਜਿਹੜੇ ਸਾਡੇ ਕੋਲ ਚੱਲ ਰਹੇ ਆ ਸੋ ਮੈਂ ਸਟੂਡੈਂਟ ਨੂੰ ਕਹੂੰਗਾ ਹਮੇਸ਼ਾ ਰਿਫਿਊਜ਼ਲ ਤੋਂ ਨਹੀਂ ਡਰਨਾ ਈਵਨ ਕਿ ਫਰੈਸ਼ ਕੇਸ ਵਾਲੇ ਬੱਚੇ ਉਹ ਵੀ ਜ਼ਰੂਰ ਕਰਨ ਸੋ ਆਪਾਂ ਇਹ ਨਹੀਂ ਕਿ ਬਾਅਦ 'ਚ ਘੁੰਮ ਫਿਰ ਕੇ ਹੀ ਆਉਣਾ ਸੋ ਡਾਇਰੈਕਟਲੀ ਡਾਇਰੈਕਟ ਵੀ ਬਿਨਾਂ ਰਿਫਿਊਜ਼ਲ ਤੋਂ ਹੀ ਆ ਜਾਓ ਪਹਿਲਾਂ ਬਿਨਾਂ ਰਿਫਿਊਜ਼ਲ ਤੋਂ ਹੀ ਆ ਜਾਓ ਜਲੰਧਰ ਦੇ ਵਿੱਚ ਦਫ਼ਤਰ ਹੈ ਪੰਜਾਬ 'ਚ ਕਈ ਜਗ੍ਹਾ ਦਫ਼ਤਰ ਨੇ ਤੀਰਥ ਜੀ ਦਾ ਵਟਸਐਪ ਨੰਬਰ ਸਕਰੀਨ 'ਤੇ ਹੈ ਵਟਸਐਪ ਨੰਬਰ 'ਤੇ ਤੁਸੀਂ ਡਿਟੇਲ ਪਾਓ ਪ੍ਰੋਫਾਈਲ ਪਾਓ ਅਪਾਇੰਟਮੈਂਟ ਲਓ ਅਤੇ ਮਿਲ ਲਓ ਹੁਣ ਤਾਂ ਲੋਕਡਾਊਨ ਖੁੱਲ ਗਿਆ ਜਦੋਂ ਮਰਜ਼ੀ ਸਵੇਰੇ ਸ਼ਾਮ ਤੁਸੀਂ ਜਾ ਕੇ ਮਿਲ ਸਕਦੇ ਹੋ ਪਰਸਨਲੀ ਤੁਸੀਂ ਸਟੂਡੈਂਟਸ ਨੂੰ ਆਪ ਮਿਲਦੇ ਹੋ ਤੀਰਥ ਬਿਲਕੁਲ ਸਰ ਜਦੋਂ ਸਟੂਡੈਂਟ ਸਪੈਸ਼ਲੀ ਟੈਕਨੀਕਲ ਵਾਲੇ ਸਟੂਡੈਂਟ ਇੱਕ ਫਾਈਲ ਐਡਵਾਈਸ ਚਾਹੀਦੀ ਹਾਂ ਉਹਨਾਂ ਬੱਚਿਆਂ ਨੂੰ ਮੈਂ ਜ਼ਰੂਰ ਮਿਲਦਾ ਅਤੇ ਕੰਮ ਜਿਹੜੀਆਂ ਫਾਈਨਲ ਜਿਹੜੀਆਂ ਟੈਕਨੀਕਲ ਫਾਈਲਸ ਹੁੰਦੀਆਂ ਉਹ ਹੁੰਦੀਆਂ ਅਤੇ ਜਿਹੜੇ ਬੱਚੇ ਕਰੀਅਰ ਕਾਉਂਸਲਿੰਗ ਲੈਣਾ ਚਾਹੁੰਦੇ ਜੈਨੂਇਨ ਇੰਟਰਸਟ ਹੁੰਦਾ ਕਿ ਸਰ ਮੈਂ ਅੱਗੇ ਵੀ ਕਹਿੰਦਾ ਦੋ ਤਰ੍ਹਾਂ ਦੇ ਅੱਜ ਕੱਲ੍ਹ ਬੱਚੇ ਆ ਇੱਕ ਬੱਚਾ ਤਾਂ ਕਹਿੰਦਾ ਸਿਰਫ ਪਹੁੰਚ ਜਾਵਾਂ ਐਂਟਰੀ ਵਾਲਾ ਕੋਈ ਨਹੀਂ ਟਰੱਕ ਚਲਾ ਕੇ ਬਾਕੀ ਦੇਖ ਲਾਂਗੇ ਬਾਕੀ ਦੇਖ ਲਾਂਗੇ ਪਰ ਕਈ ਬੱਚੇ ਸਰ ਹੁੰਦੇ ਕਿ ਉਹ ਗਾਈਡੈਂਸ ਲੈਕ ਆਫ ਗਾਈਡੈਂਸ ਕਰਕੇ ਉੱਥੇ ਜਾ ਕੇ ਸਟੱਕ ਫੀਲ ਕਰਦੇ ਕਿ ਹੋ ਗਿਆ ਅਤੇ ਕਿੱਥੇ ਆ ਗਏ ਆ ਸੋ ਕੈਨੇਡਾ ਦੇ ਵਿੱਚ ਵਰਾਇਟੀ ਆਫ ਕੋਰਸਿਸ ਆ
ਸੋ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਕਿ ਆਪਾਂ ਆਪਣੇ ਪੇਰੈਂਟਸ ਨੂੰ ਮੇਰੀ ਅਪੀਲ ਹੁੰਦੀ ਆਪਾਂ ਆਪਣੇ ਬੱਚੇ ਨੂੰ ਉਹ ਵਾਲੀ ਕੋਰਸ ਪੇਜ ਭੇਜਣਾ, ਪੈਸੇ ਉਨੇ ਹੀ ਲੱਗਣੇ ਆ, ਪੈਸੇ ਕੋਈ ਵੱਧ ਘੱਟ ਨਹੀਂ ਲੱਗਣੇ, ਮੇਰੇ ਤੋਂ ਕੋਈ ਪੈਸੇ ਜ਼ਿਆਦਾ ਨਹੀਂ ਲੱਗਣੇ, ਉਨੇ ਹੀ ਪੈਸੇ ਲੱਗਣੇ ਆ, ਬਟ ਉਹ ਕੋਰਸ ਭੇਜੀਏ ਕਿ ਜਿਹੜਾ ਬੱਚਾ ਇਨ ਫਿਊਚਰ 'ਚ ਜਾ ਕੇ ਡਿਗਰੀ ਵਾਲੇ ਪਾਸੇ ਨੂੰ ਹੋ ਸਕੇ, ਭਾਵੇਂ ਇੰਡੀਆ ਤੋਂ ਡਿਪਲੋਮੇ ਲਈ ਭੇਜਦੇ ਹਾਂ ਬਟ ਉਹ ਬੱਚਾ ਫਿਊਚਰ 'ਚ ਡਿਗਰੀ ਕਰੇ, ਤਾਂ ਕਿ ਉਹ ਭੀੜ ਤੋਂ ਅਲੱਗ ਹੋ ਸਕੇ, ਸਾਡੀ ਕਮਿਊਨਿਟੀ ਦਾ ਨਾਂ ਰੋਸ਼ਨ ਕਰ ਸਕੇ। ਬਿਲਕੁਲ ਠੀਕ ਹੈ। ਸੋ ਬਹੁਤ ਬਹੁਤ ਧੰਨਵਾਦ ਤੀਰਜ ਜੀ, ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਵੀ ਔਰ ਤੁਹਾਡੇ ਇਹਨਾਂ ਸਟੂਡੈਂਟਸ ਨੂੰ ਵੀ ਔਰ ਇਸ ਵਿਦਿਆਰਥਣ ਨੂੰ ਵੀ ਜਿਹਨੇ 7 ਰਿਫਿਊਜ਼ਲ ਤੋਂ ਬਾਅਦ ਆਖਿਰਕਾਰ ਵੀਜ਼ਾ ਗੇਨ ਕੀਤਾ। ਸੋ ਬਹੁਤ ਜਲਦੀ ਆਸ ਕਰਾਂਗੇ ਕਿ ਇਸ ਬੱਚੀ ਦਾ ਪਾਸਪੋਰਟ ਸਟੈਂਪ ਹੋਵੇ ਅਤੇ ਇਹ ਵੀ ਕੈਨੇਡਾ ਜਾਵੇ ਅਤੇ ਉੱਥੇ ਆਪਣੇ ਸੁਪਨੇ ਨੇ ਜਿਹੜੇ ਉਹਨਾਂ ਨੂੰ ਪੂਰੇ ਕਰੇ ਅਤੇ ਪੜ੍ਹੇ। ਅਤੇ ਸਾਰੇ ਵਿਦਿਆਰਥੀ ਜਿਨ੍ਹਾਂ ਦੀ ਰਿਫਿਊਜ਼ਲ ਆਈ ਹੈ, ਜਿਨ੍ਹਾਂ ਨੇ ਫਰੈਸ਼ ਅਪਲਾਈ ਕਰਨਾ, ਜ਼ਰੂਰ ਤੀਰਜ ਜੀ ਦੇ ਟੈਲੀਵਿਜ਼ਨ ਸਕਰੀਨ 'ਤੇ ਚੱਲ ਰਹੇ ਨੰਬਰ 'ਤੇ ਵਟਸਐਪ ਕਰੋ, ਫੋਨ ਕਰੋ, ਅਪਾਇੰਟਮੈਂਟ ਬਣਾਓ, ਮਿਲੋ, ਕੋਈ ਕਨਫਿਊਜ਼ਨ ਹੈ, ਕੋਈ ਕਲੈਰਿਟੀ ਚਾਹੀਦੀ ਹੈ ਲਓ। ਥੈਂਕ ਯੂ ਸੋ ਮਚ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ।